ਸੈਂਟਰ ਗੁਰਦੁਆਰਾ ਖਾਲਸਾ ਜਥਾ ਸ਼ੈਫ ਵਿਸ਼ ਲੰਡਨ ਚ ਬੈਠੇ ਸਜਣਾ ਦਾ ਸੱਚਮੁੱਚ ਅੱਜ ਬਹੁਤ ਆਨੰਦ ਆਇਆ ਬਹੁਤ ਚੰਗੀਆਂ ਕੰਸਟਰਕਟਿਵ ਗੱਲਾਂ ਕੀਤੀਆਂ ਹੋਣਾ ਮੈਨੂੰ ਲੱਗਦਾ ਹੈ ਗੁਰੂ ਦੀ ਬਖਸ਼ਿਸ਼ ਹੋ ਰਹੀ ਹੈ ਸਾਡੇ ਉੱਤੇ ਵੀ ਸੰਗਤਾਂ ਉੱਤੇ ਵੀ ਸਾਨੂੰ ਸਹੀ ਗੱਲ ਕਰਨ ਦੀ ਜਾਚ ਆਉਂਦੀ ਜਾਂਦੀ ਹੈ ਮੇਰੇ ਸਾਹਮਣੇ ਤਿੰਨ ਸਵਾਲ ਸراجਜੀਤ ਸਿੰਘ ਹੋਰ ਰੱਖੇ ਆ। ਸਮਾਸੀ ਥੋੜਾ ਐਕਸਟੈਂਡ ਕਰ ਦਿੱਤਾ ਸੀ ਕਿਉਂਕਿ ਉੱਥੇ ਵਿਚਾਰ ਬਹੁਤ ਅੱਛੇ ਹੋ ਰਹੇ ਸਨ। ਕੁਝ ਮਿੰਟ ਹੋਰ ਲੈ ਕੇ ਮੈਂ ਇਹਨਾਂ ਨੂੰ ਸਮ ਅਪ ਕਰਨ ਦਾ ਯਤਨ ਕਰਾਂਗਾ। ਜਿਹੜੇ ਇਹਨਾਂ ਦੇ ਜਵਾਬ ਸਵਾਲ ਮੈਨੂੰ ਪੁੱਛੇ ਉਥੋਂ ਉਹ ਮੈਂ ਜਵਾਬ ਬਾਅਦ ਚ ਦੇਵਾਂਗਾ। ਦੋ ਤਿੰਨ ਗੱਲਾਂ ਜਿਹੜੀਆਂ ਨਾ ਖਾਸ ਤੌਰ ਦੇ ਉੱਤੇ ਆਈਆਂ ਜਿਹੜੇ ਮੇਰੇ ਵੀਰ ਤੇ ਭੈਣ ਸਿੰਧੀ ਬੀਬੀ ਰਤਨਾ ਜੀ ਤੇ ਉਹਨਾਂ ਦੇ ਹਸਬੰਦ ਜਿਹੜੇ English. The professional people do not know Punjabi. We should have some sort of arrangements to explain the principle of Sikhism in English every week, even just for 15 minutes. If we can explain Guru Nanak Ji what he said about the women, what he said about the sacrifice, their lives. and what the teaching was what he said uh, regarding the caste system and other things it will be very good idea i agreed ਬਹੁਤ ਸਾਰੇ ਗੁਰਦੁਆਰਿਆਂ ਵਿੱਚ ਆਲਰੇਡੀ ਇਹੋ ਜਿਹੇ ਪ੍ਰਬੰਧ ਕੀਤੇ ਹੋਏ ਐ ਜਿੱਥੇ ਨਿਜਮਤ ਢੰਗ ਨਾਲ ਇਹੋ ਜਿਹੇ ਪ੍ਰਬੰਧ ਨਹੀਂ ਹਨ ਉੱਥੇ ਸਾਨੂੰ ਇਹਦੇ ਬਾਰੇ ਸੋਚ ਲੈਣਾ ਚਾਹੀਦਾ ਹੈ ਇੰਗਲਿਸ਼ ਦੇ ਵਿੱਚ ਜਾਣਕਾਰੀ ਦੇਣੀ ਯੋਗ ਹੈ ਪਰ ਉਸ ਦਾ ਇਹ ਮਤਲਬ ਨਹੀਂ ਕਿ ਅਸੀਂ ਪੰਜਾਬੀ ਸਿੱਖਣ ਤੋਂ ਬਚ ਸਕਦੇ ਹਾਂ ਜੇ ਹੁਣ ਤੱਕ ਅਸੀਂ ਪੰਜਾਬੀ ਨਹੀਂ ਸਿੱਖਾਂਗੇ ਅਸੀਂ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੂਬ ਹੂ ਠੀਕ ਸ਼ਕਲ ਨਹੀਂ ਕਰ ਸਕਾਂਗੇ ਸਾਨੂੰ ਪੰਜਾਬੀ ਸਿੱਖਣ ਵਾਸਤੇ ਉਨਾ ਹੀ ਉਦਮਸ਼ੀਲ ਹੋਣ ਦੀ ਲੋੜ ਹੈ ਜਿੰਨਾ ਪਹਿਲਾਂ ਸੀ ਪਰ ਗੁਰਦੁਆਰਿਆਂ ਵਿੱਚ ਜੇ ਕਿਸੇ ਨੂੰ ਪੰਜਾਬੀ ਨਹੀਂ ਆਉਂਦੀ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਜਾਂ ਜਿਹੜੇ ਪ੍ਰੋਫੈਸ਼ਨਲਸ ਨੇ ਸਾਡੇ ਜਾਂ ਹੋਰ ਨੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਦੇਣ ਦਾ ਪ੍ਰਬੰਧ ਸਾਨੂੰ ਕਰ ਲੈਣਾ ਚਾਹੀਦਾ ਇੱਕ ਨੌਜਵਾਨ ਸਜਣ ਨੇ ਬਹੁਤ ਪੈਰੀ ਗੱਲ ਕੀਤੀ ਕਿ ਜਦੋਂ ਤੱਕ ਪਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਹਰ ਥਾਂ ਦੇ ਉੱਤੇ ਅਸੀਂ ਸਖਤੀ ਨਾਲ ਲਾਗੂ ਨਹੀਂ ਕਰਦੇ ਤਦੋਂ ਤੱਕ ਇਹ ਬੰਡੀਆਂ ਪਈਆਂ ਰਹਿਣਗੀਆਂ ਇਹਦੇ ਵਿੱਚੋਂ ਹੀ ਜਿਹੜਾ ਸਵਾਲ ਮੈਨੂੰ ਜਗਜੀਤ ਸਿੰਘ ਹੋਰਾਂ ਕੀਤਾ ਹੈ ਕਿ ਸਿੱਖ ਕੌਣ ਹੈ ਉਹ ਸਹਿਤ ਮਰਿਆਦਾ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਦਿੱਤੀ ਹੋਈ ਹੈ ਉਹ ਮਰਦ ਜਾਂ ਔਰਤ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ ਜੋਤ ਮੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੋਰ ਕਿਸੇ ਨੂੰ ਆਪਣਾ ਮੁਕਤੀ ਦਾਤਾ ਤੇ ਗੁਰੂ ਨਹੀਂ ਮੰਨਦੀ ਦਸ਼ਮੇਸ਼ ਦੇ ਬਖਸ਼ੇ ਹੋਏ ਖੰਡੇ ਵਾਟੇ ਦੀ ਜਿਹੜੀ ਪੌਲ ਹੈ ਉਸ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਸਿੱਖ ਹੈ ਸਿੱਖ ਹੋਣ ਵਾਸਤੇ ਲਾਜ਼ਮੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਕਿਸੇ ਹੋਰ ਦੇ ਵਿੱਚ ਵਿਸ਼ਵਾਸ ਨਾ ਲਿਆਵੇ ਬਹੁਤ ਪਹਿਲਾਂ ਸਰਦਾਰ ਜੀ ਨੇ ਜਿਹੜੇ ਸਭ ਤੋਂ ਪਹਿਲਾਂ ਨੇ ਗੱਲ ਕੀਤੀ ਸੀ ਕਿ ਗੁਰੂ ਸਾਹਿਬ ਨੇ ਸਾਨੂੰ ਸਰਦਾਰ ਬਣਾ ਦਿੱਤਾ ਹੈ ਬਹੁਤ ਚੰਗੀ ਗੱਲ ਹੈ ਪਰ ਸਾਡੀ ਬੇਸਮਝੀ ਨੇ ਅਸੀਂ ਆਪਣੇ ਆਪ ਨੂੰ ਤਾਂ ਸਰਦਾਰ ਮੰਨ ਲਿਆ ਹੈ ਆਪਣੇ ਆਪ ਨੂੰ ਤਾਂ ਸਰਦਾਰ ਮੰਨ ਲਿਆ ਹੈ ਪਰ ਜਿਹੜਾ ਸਾਡਾ ਦੂਸਰਾ ਭਰਾ ਸੀ ਉਹਨੂੰ ਵੀ ਗੁਰੂ ਨੇ ਸਰਦਾਰ ਬਣਾਇਆ ਸੀ ਉਹਨੂੰ ਅਸੀਂ ਸਰਦਾਰ ਨਹੀਂ ਮੰਨਿਆ ਅਸੀਂ ਇਹ ਹੀ ਆਸ ਰੱਖੀ ਹੈ ਕਿ ਮੈਂ ਤੇ ਸਰਦਾਰ ਹਾਂ ਪਰ ਉਹ ਵੀ ਮੈਨੂੰ ਸਰਦਾਰ ਮੰਨੇ ਕਿਉਂਕਿ ਮੈਨੂੰ ਸਰਦਾਰੀ ਗੁਰੂ ਸਾਹਿਬ ਨੇ ਦਿੱਤੀ ਹੈ ਇਸ ਕਰਕੇ ਮੈਂ ਸਰਦਾਰ ਹਾਂ ਨਹੀਂ ਇਹ ਨਹੀਂ ਹੈ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਹੀ ਸਰਦਾਰੀਆਂ ਦਿੱਤੀਆਂ ਸਾਨੂੰ ਸਾਰਿਆਂ ਨੂੰ ਪਾਤਸ਼ਾਹੀਆਂ ਬਖਸ਼ਿਸ਼ ਕੀਤੀਆਂ ਸਾਨੂੰ ਸਾਰਿਆਂ ਨੂੰ ਸਾਰੇ ਮਾਣ ਸਤਕਾਰ ਦਿੱਤੇ ਹੈ ਜਿੰਨਾ ਮੈਨੂੰ ਦਿੱਤੇ ਹੈ ਉਹਨੇ ਤੁਹਾਨੂੰ ਦਿੱਤੇ ਹੈ ਉਹਨੇ ਦੂਸਰੇ ਸਾਰਿਆਂ ਨੂੰ ਦਿੱਤੇ ਹੈ ਸਾਨੂੰ ਉਹਨਾਂ ਨੂੰ ਵੀ ਸਰਦਾਰ ਸਮਝ ਕੇ ਉਹਨਾਂ ਦਾ ਸਤਕਾਰ ਕਰਨਾ ਬਣਦਾ ਹੈ ਸਾਜ ਜਸਪਾਲ ਸਿੰਘ ਜੀ ਨੇ ਇੱਕ ਬਹੁਤ ਖੂਬਸੂਰਤ ਗੱਲ ਆਖੀ ਗੁਰੂ ਨਾਨਕ ਸਾਹਿਬ ਜੀ ਦਾ ਉਦਾਹਰਣ ਉਹਨਾਂ ਦਿੱਤੀ ਨਾ ਹਮ Hindu ਨਾ Muslim ਜਿਵੇਂ ਜੇ ਗੁਰੂ ਨਾਨਕ ਸਾਹਿਬ ਮੱਕੇ ਗਏ ਸਨ ਮੱਕੇਵਾਲ ਜਦੋਂ ਪੈਰ ਕਰਨ ਵਾਲੀ ਘਟਨਾ ਵਾਪਰ ਚੁੱਕੀ ਸੀ ਜਦੋਂ ਉਹਨਾਂ ਦੇ ਧਾਰਮਿਕ ਆਗੂਆਂ ਨੇ ਇਹ ਜਾਣ ਲਿਆ ਸੀ ਕਿ ਇਹ ਨਾਨਕ ਕੋ ਸਧਾਰਨ ਸ਼ਖਸ ਨਹੀਂ ਇਹ ਤੇ ਖੁਦਾ ਦਾ ਨੂਰ ਹੈ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨਾਲ ਵਿਚਾਰ ਗੋਸ਼ਟੀ ਕੀਤੀ ਸੀ ਭਾਈ ਗੁਰਦਾਸ ਜੀ ਨੇ ਉਸ ਵਿਚਾਰ ਗੋਸ਼ਟੀ ਨੂੰ ਰਿਕਾਰਡ ਕੀਤਾ ਹੈ ਅੰਕਿਤ ਕੀਤਾ ਹੈ ਉਹ ਲਿਖਦੇ ਹੈ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਉਹ ਹਾਜੀ ਗੁਰੂ ਨਾਨਕ ਸਾਹਿਬ ਨੂੰ ਪੁੱਛਦਿਆ ਕਿ ਜਿਹੜੀ ਪੋਥੀ ਤੇਰੇ ਕੋਲ ਹੈ ਆਸਾ ਹੱਤ ਕਿਤਾਬ ਕੱਚ ਵਾਲੀ ਗੱਲ ਇਹਨੂੰ ਖੋਲ ਕੇ ਦੱਸ ਕਿ ਤੇਰੇ ਖਿਆਲ ਦੇ ਮੁਤਾਬਕ Hindu ਵੱਡਾ ਹੈ ਜਾਂ ਮੁਸਲਮਾਨ ਵੱਡਾ ਹੈ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਵਾਜੋਂ ਦੋਵੇਂ ਰੋਈ ਬਾਬੇ ਨੇ ਆਖਿਆ ਇਹ ਹਾਜੀਓ ਜੇ ਉਹਨਾਂ ਦੇ ਅਮਲ ਚੰਗੇ ਨਹੀਂ ਹਨ ਜੇ ਉਹਨਾਂ ਦਾ ਜੀਵਨ ਧਰਮ ਦੇ ਮੁਤਾਬਿਕ ਨਹੀਂ ਹੈ ਤੇ ਉਹਨਾਂ ਦੋਹਾਂ ਦੀ ਜਿਹੜੀ ਹਾਲਤ ਹੈ ਉਹ ਰੋਂ ਹਾਕੀ ਹੈ ਉਹ ਰੋਂ ਵਾਲੀ ਹੈ ਉਹਨਾਂ ਦੇ ਵਿੱਚੋਂ ਕੋਈ ਵੀ ਵੱਡਾ ਨਹੀਂ ਹੋ ਸਕਦਾ ਮੈਂ ਮਹਿਸੂਸ ਕਰਦਾ ਹੁਣਾ ਅੱਜ ਸਾਡੀ ਹਾਲਤ ਤਕਰੀਬਨ ਤਕਰੀਬਨ ਉਹੋ ਜੀ ਹੋ ਚੁੱਕੀ ਹੈ ਅਸੀਂ ਬਾਣੀ ਪੜ੍ਹਦੇ ਆਂ ਬਾਣੀ ਨੂੰ ਮੱਥਾ ਟੇਕਦੇ ਆਂ ਅਸੀਂ ਇਹ ਵੀ ਕਲੇਮ ਕਰਦੇ ਆਂ ਕਿ ਅਸੀਂ ਆਪਣਾ ਜੀਵਨ ਗੁਰਵਾਣੀ ਦੇ ਮੁਤਾਬਿਕ ਜੀਉਣ ਦਾ ਯਤਨ ਕਰਦੇ ਆਂ ਜਿਉਂਦੇ ਆਂ ਪਰ ਦਰਸਲ ਅਸੀਂ ਜਿਉਂਦੇ ਨਹੀਂ ਬਹੁਤ ਸਾਰੇ ਸੱਜਣਾ ਨੇ ਇਹ ਗੱਲ ਆਈ ਕਿ ਮਾਪੇ ਨੂੰ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਮਾਵਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਇਹ ਸੋਝੀ ਦੇਣ ਇਹ ਵੀ ਗੱਲ ਆਈ ਕਿ ਸਾਡੇ ਮਾਪੇ ਨੂੰ ਜਿਹੜੇ ਸਾਡੇ ਪੇਰੈਂਟਸ ਨੇ ਜਾਂ ਮਾਵਾ ਹੈ ਉਹਨਾਂ ਨੂੰ ਹੀ ਠੀਕ ਸੇਧ ਨਹੀਂ ਹੈਗੀ ਉਹਨਾਂ ਨੂੰ ਹੀ ਗੁਰਬਾਣੀ ਦਾ ਸਿੱਖ ਸਿਧਾਂਤ ਦਾ ਠੀਕ ਗਿਆਨ ਨਹੀਂ ਇੱਥੇ ਮੈਂ ਬਾਰ ਬਾਰ ਇੱਕ ਗੱਲ ਕਹਿਣਾ ਹੁਣਾ ਗੁਰੂ ਸਾਹਿਬ ਨੇ ਇਹ ਗੱਲ ਆਖੀ ਹੈ ਗੁਰੂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ ਗੁਰੂ ਨਾਨਕ ਗੁਰੂ ਸਾਹਿਬ ਨੇ ਇਹ ਆਖਿਆ ਕਿ ਸਾਨੂੰ ਆਪ ਜਪਣ ਦੀ ਜ਼ਰੂਰਤ ਹੈ ਤੇ ਦੂਸਰਿਆਂ ਨੂੰ ਜਪਾਉਣ ਦੀ ਜ਼ਰੂਰਤ ਹੈ ਇਹਦਾ ਮਤਲਬ ਇਹ ਨਹੀਂ ਕਿ ਮੈਂ ਨਹੀਂ ਜਪਣਾ ਮੈਂ ਨਹੀਂ ਕੁਝ ਕਰਨਾ ਪਰ ਦੂਸਰਿਆਂ ਨੂੰ ਕਰਨਾ ਚਾਹੀਦਾ ਹੈ ਦੂਸਰਿਆਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਜਦੋਂ ਤੱਕ ਅਸੀਂ ਆਪ ਕੋਸ਼ਿਸ਼ ਨਹੀਂ ਕਰਾਂਗੇ ਸਾਰੀਆਂ ਵਿਚਾਰਾਂ ਚੋਂ ਸੰਖੇਪ ਦੇ ਵਿੱਚ ਇਹ ਗੱਲ ਸਪਸ਼ਟ ਹੋ ਕੇ ਆਈ ਕਿ ਬਹੁਤ ਕੁਝ ਅਸੀਂ ਅਗਿਆਨਤਾ ਵਸ ਕਰਦੇ ਆਂ ਬਹੁਤੀ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਵਾਸਤੇ ਗੁਰੂ ਸਾਹਿਬ ਨੇ ਹੁਕਮ ਕੀ ਕੀਤਾ ਸਾਨੂੰ ਕੀ ਢੰਗ ਤਰੀਕਾ ਦੱਸਿਆ ਜ਼ਿੰਦਗੀ ਜੀਉਣ ਦਾ ਇੱਕ ਗੁਰਮੁਖ ਨੇ ਇਹ ਗੱਲ ਆਖੀ ਕਿ ਜਾਤ ਪਾਤ ਦੀਆਂ ਬੰਡੀਆਂ ਅਸੀਂ ਇਸ ਹੱਦ ਤੱਕ ਪਾ ਦਿੱਤੀਆਂ ਜਿਹੜੀਆਂ ਗੁਰੂ ਸਾਹਿਬਾਂ ਦੇ ਵੇਲੇ ਦੇ ਵਿੱਚ ਨੀਵੀਆਂ ਜਾਤਾਂ ਦੇ ਕਹਿ ਜਾਣ ਵਾਲੇ ਲੋਕ ਸੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਚੱਕ ਕੇ ਆਪਣੀ ਛਾਤੀ ਨਾਲ ਲਾ ਲਿਆ ਸੀ ਰੰਗਰੇਟੇ ਗੁਰੂ ਕੇ بیٹے ਤੱਕ ਦੇ ਖਿਤਾਬ ਦੇ ਦਿੱਤੇ ਸਨ ਉਹਨਾਂ ਲੋਕਾਂ ਨੂੰ ਅੱਜ ਫੇਰ ਅਸੀਂ ਉਸੇ ਜਾਤਾਂ ਪਾਤਾਂ ਦੀਆਂ ਬੰਡੀਆਂ ਵਿੱਚ ਨੀਵੇਂ-ਨੀਵੇਂ ਕਹਿ ਕੇ ਆਪਣੇ ਤੋਂ ਦੂਰ ਕੀਤਾ ਹੋਇਆ ਮੇਰਾ ਆਪਣਾ ਇਹ ਵਿਸ਼ਵਾਸ ਹੈ ਮੈਂ ਇਹ ਗੱਲ ਮੰਨਦਾ ਹਾਂ ਮੈਨੂੰ ਇਹ ਹੀ ਸਮਝ ਆਈ ਹੈ ਜੇ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਗਲ ਦੇ ਨਾਲ ਨਹੀਂ ਲਾਵਾਂਗੇ ਉਹਨਾਂ ਨੂੰ ਆਪਣੇ ਬਰਾਬਰ ਨਹੀਂ ਬਿਠਾਵਾਂਗੇ ਜਸ ਦੀ ਤਾਗੀਦ ਗੁਰੂ ਸਾਹਿਬ ਨੇ ਸਾਡੇ ਵਾਸਤੇ ਕੀਤੀ ਹੋਈ ਹੈ ਫਿਰ ਜ਼ਰੂਰੀ ਗੱਲ ਹੈ ਉਹ ਆਪਣੇ ਵਾਸਤੇ ਵੱਖਰੇ ਅਸਥਾਨ ਬਣਾਉਣਗੇ ਆਪਣੇ ਵੱਖਰੇ ਗੁਰਦੁਆਰੇ ਬਣਾਉਣਗੇ ਆਪਣਾ ਵੱਖਰਾ ਪੂਜਾ ਪਾਠ ਦਾ ਢੰਗ ਤਰੀਕਾ ਵਰਤਣਗੇ ਸਾਨੂੰ ਚਾਹੀਦਾ ਹੈ ਬਜਾਏ ਇਸ ਦੇ ਕਿ ਅਸੀਂ ਉਹਨਾਂ ਦੇ ਬਣਾਏ ਹੋਏ ਸਥਾਨਾਂ ਨੂੰ ਮਾੜੇ ਕਹੀਏ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਲੈਣੀ ਚਾਹੀਦੀ ਹੈ ਜੇ ਅਸੀਂ ਆਪਣੇ ਆਪ ਨੂੰ ਉੱਚ ਜਾਤੀ ਵਾਲੇ ਅਖਵਾਉਂਦੇ ਆਂ ਤੇ ਕੀ ਅਸੀਂ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨ ਕੇ ਉਹਨਾਂ ਨੂੰ ਆਪਣੇ ਗਲ ਲਾਉਣ ਵਾਸਤੇ ਤਿਆਰ ਜਿਨ ਕੀ ਜਾਤ ਗੋਤ ਕੁੱਲ ਨਾ ਹੀ ਸਰਦਾਰੀ ਨਾ ਭਈ ਕਿਦਾਂ ਹੀ ਇਨਹੀ ਕੋ ਸਰਦਾਰ ਬਣਾਉ ਰਾਜ ਕਰਨ ਕੀ ਰੀਤ ਚਲਾਉ ਇਹ ਬਚਨ ਕੀਤੇ ਸੀ ਗੁਰੂ ਸਾਹਿਬ ਨੇ ਇਨਾ ਸਮਾਜ ਦੇ ਲੋਕਾਂ ਦੇ ਪ੍ਰਤੀ ਜਿਨ੍ਹਾਂ ਨੂੰ ਅੱਜ ਅਸੀਂ ਨੀਵੀਂ ਜਾਤਾਂ ਦੇ ਕਹਿ ਕੇ ਆਪਣੇ ਤੋਂ ਦੂਰ ਕੀਤਾ ਹੋਇਆ ਬਹੁਤ ਸਾਰੀਆਂ ਗੱਲਾਂ ਇਸ ਦੇ ਵਿੱਚ ਆਈਆਂ ਸਿੱਖੀ ਸਿੱਖਿਆ ਗੁਰ ਵਿਚਾਰ ਮੇਰਾ ਇਕ ਵੀਰ ਜਿਹੜਾ ਜੇ ਨਾਂ ਦਾ ਪਿਸ਼ੋਕੜ ਬੰਜਾਰਾ ਸਿੱਖ ਦੇ ਰੂਪ ਦੇ ਵਿੱਚ ਉਹਨਾਂ ਦੱਸਿਆ ਉਹਨਾਂ ਨੇ ਬਹੁਤ ਖੂਬਸੂਰਤ ਗੱਲ ਆਖੀ ਬਹੁਤ ਖੂਬਸੂਰਤ ਗੱਲ ਆਖੀ ਵਿਪਰਨ ਕੀ ਰੀਤ ਜਦ ਬਲ ਖਾਲਸਾ ਰਹੇ ਨਿਆਰਾ ਤਬ ਲਗ ਤੇਜ देऊ ਮੈਂ ਸਾਰਾ ਜਬ ਇਹ ਗੈਬ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਦੋਂ ਸਿੱਖ ਵਿਪਰ ਦੀ ਪ੍ਰਤੀਤ ਕਰੇਗਾ ਵਿਪਰਨ ਦੇ ਉੱਤੇ ਵਿਸ਼ਵਾਸ ਕਰੇਗਾ ਗੁਰੂ ਸਾਹਿਬ ਨੇ ਕਿਹਾ ਮੈਂ ਤੁਹਾਡਾ ਵਿਸ਼ਵਾਸ ਨਹੀਂ ਕਰਾਂਗਾ ਜੇ ਗੁਰੂ ਦਾ ਵਿਸ਼ਵਾਸ ਹੀ ਸਿੱਖ ਤੋਂ ਉੱਠ ਗਿਆ ਫਿਰ ਸਿੱਖ ਦੇ ਪੱਲੇ ਕੀ ਰਹਿ ਗਿਆ ਸਾਡੀ ਤਾਂ ਜਿਹੜੀ ਅਮੀਰੀ ਹੈ ਉਹ ਅਮੀਰੀ ਇਸ ਕਰਕੇ ਹੈ ਕਿ ਅਸੀਂ ਗੁਰੂ ਦਾ ਪੱਲਾ ਪਕੜਿਆ ਹੋਇਆ ਤੇ ਗੁਰੂ ਨੇ ਆਪਣਾ ਬਿਰਦ ਦੀ ਪੈਜ ਰੱਖਣੀ ਹੈ ਤੇ ਸਾਡੀ ਦੇਖਭਾਲ ਕਰਨੀ ਹੈ ਸਾਡੀ ਸੰਭਾਲ ਕਰਨੀ ਹੈ ਸਵਾਲ ਕੀਤਾ ਸੀ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਵੀ ਮਾੜੀਆਂ ਬਿਰਤੀਆਂ ਸਨ ਉਸ ਵੇਲੇ ਤੇ ਅੱਜ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੀ ਫਰਕ ਹੈ ਇਹ ਠੀਕ ਹੈ ਗੱਲ ਗੁਰੂ ਸਾਹਿਬ ਦੇ ਵੇਲੇ ਵੀ ਦੋਖੀ ਬਹੁਤ ਸਨ ਉਹ ਲੋਕ ਜਿਹੜੇ ਧਰਮ ਦੇ ਨਾਂ ਦੇ ਉੱਤੇ ਗੱਲਾਂ ਕਰਨ ਵਾਲੇ ਸਨ ਉਹਨਾਂ ਨੂੰ ਇਹ ਗੱਲ ਹਾਜਮ ਨਹੀਂ ਹੁੰਦੀ ਸੀ ਕਿ ਉਹ ਕਰਮਕਾਂਡ ਦਾ ਜਿਹੜਾ ਭਰਮ ਪਾਏ ਹੋਏ ਲੋਕਾਂ ਨੂੰ ਉਸ ਤੋਂ ਉਹਨਾਂ ਲੋਕਾਂ ਦਾ ਖੇੜਾ ਛੁੜਾ ਦੇਣ ਪਰ ਅਸੀਂ ਗੱਲ ਆਮ ਲੋਕਾਂ ਦੀ ਨਹੀਂ ਕਰਦੇ ਅਸੀਂ ਗੱਲ ਉਹਨਾਂ ਲੋਕਾਂ ਦੀ ਕਰਦੇ ਆਂ ਜਿਹੜੇ ਸਿੱਖ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਗੁਰੂ ਸਾਹਿਬ ਦੇ ਵੇਲੇ ਸਮਾਜ ਦੀ ਹਾਲਤ ਭਾਵੇਂ ਕਿਹੋ ਜਿਹੀ ਵੀ ਕਿਉਂ ਨਾ ਹੋਵੇ ਪਰ ਜਿਹੜੇ ਲੋਕ ਗੁਰੂ ਸਾਹਿਬ ਨੂੰ ਮੱਥਾ ਟੇਕਣ ਵਾਲੇ ਸਨ ਜਿਹੜੇ ਲੋਕ ਗੁਰੂ ਸਾਹਿਬ ਦੇ ਮਾਰਗ ਨੂੰ ਗੁਰੂ ਸਾਹਿਬ ਦੇ ਉਸ ਮਾਰਗ ਨੂੰ ਧਾਰਨ ਕਰਨ ਵਾਲੇ ਸਨ ਗੁਰੂ ਸਾਹਿਬ ਦੇ ਸਿੱਖ ਅਖਵਾਉਂਦੇ ਸਨ ਉਹ ਗੁਰੂ ਸਾਹਿਬ ਦੇ ਸਾਹਮਣੇ ਸਲਾਮ ਜਵਾਬ ਨਹੀਂ ਕਰਦੇ ਸਨ ਸਵਾਲ ਜਵਾਬ ਨਹੀਂ ਕਰਦੇ ਸਨ ਉਹ ਜੋ ਗੁਰੂ ਨੇ ਕਹਿ ਦਿੱਤਾ ਉਹ ਮੰਨ ਲੈਂਦੇ ਸਨ ਅੱਜ ਦੇ ਜਿਹੜੇ ਅਸੀਂ ਸਿੱਖ ਹੈ ਅੱਜ ਅਸੀਂ ਗੁਰੂ ਦੀ ਗੱਲ ਮੰਨਦੇ ਨਹੀਂ ਪਹਿਲੀ ਗੱਲ ਸਾਨੂੰ ਗੁਰੂ ਦੀ ਸਿੱਖਿਆ ਤਾਂ ਗਿਆਨ ਨਹੀਂ ਜੇ ਕਿਤੇ ਗਿਆਨ ਆ ਵੀ ਜਾਵੇ ਫਿਰ ਵੀ ਅਸੀਂ ਇਹ ਗੱਲ ਕਰਦੇ ਆ ਪਤਾ ਨਹੀਂ ਇਹ ਗੱਲ ਕਰਕੇ ਮੈਨੂੰ ਕੁਝ ਪ੍ਰਾਪਤ ਹੋਣਾ ਵੀ ਹੈ ਕਿ ਨਹੀਂ ਹੋਣਾ ਅਸੀਂ ਦੁੱਬਦਾ ਦੇ ਵਿੱਚ ਪੈ ਰਹੇ ਨੇ ਆ ਦੋ ਚਿੱਤੀ ਵਿੱਚ ਪੈ ਰਹੇ ਨੇ ਆ ਜਦੋਂ ਆਪਣੇ ਗੁਰੂ ਦਾ ਪੱਲਾ ਪਕੜਨਾ ਹੋਵੇ ਗੁਰੂ ਸਾਹਿਬ ਨੇ ਇਹ ਹੀ ਸਾਨੂੰ ਸਿਖਿਆ ਦਿੱਤੀ ਹੈ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਭਾਈ ਜੇਠਾ ਜੀ ਤੱਕ ਜਿਸ ਵੇਲੇ ਭਾਈ ਜੇਠਾ ਜੀ ਨੂੰ ਗੁਰਗੱਦੀ ਦਾ ਫੈਸਲਾ ਕੀਤਾ ਹੈ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਵੀ ਪ੍ਰੀਖਿਆ ਲਈ ਸੀ ਕਿ ਉਹ ਕਿੰਨਾ ਕੁ ਹੁਕਮ ਮੰਨਣ ਦੀ ਵਰਤੀ ਦੇ ਮਾਲਕ ਹੈ ਤੇ ਅੱਜ ਅਸੀਂ ਹੁਕਮ ਮੰਨਣ ਦੀ ਵਰਤੀ ਤੋਂ ਦੂਰ ਜਾ ਚੁੱਕੇ ਹਾਂ ਗੁਰ ਕਹੇ ਸੋਕਾਰ ਕਮਾਏ ਜੀ ਉਹ ਵਾਲੀ ਜਿਹੜੀ ਗੱਲ ਹੈ ਉਹਨੂੰ ਥੋੜਾ ਜਿਹਾ ਅਸੀਂ ਅਵੇਸਲੇ ਹੋ ਗਏ ਆ ਸਾਨੂੰ ਉਦੋਂ ਤੱਕ ਠੀਕ ਸਿਧਾਂਤ ਦੀ ਸਮਝ ਨਹੀਂ ਲੱਗਣੀ ਠੀਕ ਜੀਵਨ ਜਾਂਚ ਦੀ ਸਮਝ ਨਹੀਂ ਲੱਗਣੀ ਜਦੋਂ ਤੱਕ ਅਸੀਂ ਆਪਣੀ ਮਨ ਦੀ ਜਿਹੜੀ ਮਤ ਹੈ ਉਸ ਨੂੰ ਲਾਂਬੇ ਰੱਖ ਕੇ ਗੁਰੂ ਦੀ ਮਤ ਨੂੰ ਸਵੀਕਾਰ ਕਰਨ ਦਾ ਯਤਨ ਨਹੀਂ ਕਰਦੇ ਗੁਰੂ ਨੇ ਸਾਨੂੰ ਸਾਰੀ ਸਿੱਖਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੀ ਹੋਈ ਹੈ ਇੱਕ ਸੱਜਣਾ ਨੇ ਬਹੁਤ ਪਿਆਰੀ ਉਦਾਹਰਣ ਦਿੱਤੀ ਸੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਇਸ ਨੂੰ ਅਸੀਂ ਭੁਲਾਇਆ ਹੋਇਆ ਉਹ ਜਿਹੜੀ ਜੋਤ ਹੈ ਗੁਰੂ ਦੀ ਸਿੱਖਿਆ ਦੇ ਨਾਲ ਪ੍ਰਗਟ ਹੁੰਦੀ ਹੈ ਤੇ ਉਹ ਹੀ ਜੋਤ ਜਿਹੜੀ ਹੈ ਸਾਰੇ ਸੰਸਾਰ ਦੇ ਵਿੱਚ ਪਸਰੀ ਹੋਈ ਹੈ ਇਹ ਬਿਜ ਸੰਸਾਰ ਤੋਂ ਦੇਖਦਾ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਗੁਰੂ ਸਾਹਿਬ ਦੀ ਸਿੱਖਿਆ ਹੈ ਜੋ ਵੀ ਸੰਸਾਰ ਸਾਨੂੰ ਦਿਖਾਈ ਦਿੰਦਾ ਹੈ ਇਹ ਪਰਮਾਤਮਾ ਦਾ ਰੂਪ ਹੈ ਅਸੀਂ ਇਹ ਹੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣੀ ਹੈ ਕਿ ਜੋ ਵੀ ਮੈਨੂੰ ਆਸੇ ਪਾਸੇ ਦਿਖਾਈ ਦਿੰਦਾ ਹੈ ਚਾਹੇ ਉਹ ਸਿੱਖ ਹੈ ਤੇ ਚਾਹੇ ਉਹ ਸਿੱਖ ਨਹੀਂ ਗੈਰ ਸਿੱਖ ਹੈ ਉਹ ਸਾਰੇ ਦੇ ਸਾਰੇ ਪਰਮਾਤਮਾ ਦਾ ਰੂਪ ਹਨ ਉਹ ਪਰਮਾਤਮਾ ਦੀ ਜੋਤ ਹਨ ਪਰਮਾਤਮਾ ਨੇ ਪੈਦਾ ਕੀਤੇ ਹਨ ਜੇ ਸਾਰੇ ਦੇ ਸਾਰੇ ਨੂੰ ਪਰਮਾਤਮਾ ਨੇ ਪੈਦਾ ਕੀਤਾ ਫਿਰ ਅਸੀਂ ਉਹਨਾਂ ਨਾਲ ਨਫ਼ਰਤ ਕਿਵੇਂ ਕਰ ਸਕਦੇ ਹਾਂ ਅਸੀਂ ਉਹਨਾਂ ਨਾਲ ਈਰਖਾ ਕਿਵੇਂ ਕਰ ਸਕਦੇ ਹਾਂ ਅਸੀਂ ਉਹਨਾਂ ਦਾ ਬੁਰਾ ਕਿਵੇਂ ਸੋਚ ਸਕਦੇ ਹਾਂ ਅਸੀਂ ਉਹਨਾਂ ਨੂੰ ਧੱਕਾ ਕਿਵੇਂ ਦੇ ਸਕਦੇ ਹਾਂ ਅਸੀਂ ਮਾੜਾ ਕਿਵੇਂ ਕਹਿ ਸਕਦੇ ਹਾਂ ਗੁੱਸਾ ਉਹਨਾਂ ਤੇ ਕਿਵੇਂ ਕਰ ਸਕਦੇ ਹਾਂ ਬਸ ਇਹ ਗੱਲ ਅਸੀਂ ਸਿੱਖਣੀ ਹੈ ਤੇ ਇਹ ਗੱਲ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਬਗੈਰ ਸਾਨੂੰ ਸਮਝ ਨਹੀਂ ਆਉਣੀ ਬਹੁਤ ਸਾਰਾ ਪ੍ਰਚਾਰ ਦੀ ਗੱਲ ਅੱਜ ਹੋ ਰਹੀ ਹੈ ਪਰ ਸਾਨੂੰ ਤਤ ਗੁਰਮਤ ਦੇ ਪ੍ਰਚਾਰ ਦੀ ਜ਼ਰੂਰਤ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਆਈ ਹੋਈ ਸਿੱਖਿਆ ਦੇ ਅਨੁਕੂਲ ਹੋਵੇ ਮੈਂ ਆਪਣੇ ਵੱਲੋਂ ਉਚੇਚੇ ਤੌਰ ਤੇ ਅੱਜ ਤੇ ਸਿੱਖ ਚੈਨਲ ਵੱਲੋਂ ਵੀ ਸੈਂਟਰਲ ਖਾਲਸਾ ਜਥਾ ਗੁਰਦੁਆਰਾ ਸ਼ੈਫਟ ਬੁਸ਼ ਦੇ ਵਿੱਚ ਆਏ ਹੋਏ ਉਹਨਾਂ ਸਿਆਣੇ ਸੱਜਣਾ ਦਾ ਧੰਨਵਾਦ ਕਰਦਾ ਹਾਂ ਮੈਂ ਇਹ ਵੀ ਬੇਨਤੀ ਕਰਦਾ ਹਾਂ ਆਓ ਆਪਾਂ ਸਾਰੇ ਰਲ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਪਾਤਸ਼ਾਹ ਜੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਸਸੇ ਤਾਂ ਔਗਣਾ ਦੇ ਭਰੇ ਹੋਏ ਆ ਖਿੰਖਨ ਭੁੱਲਣ ਹਾਰ ਐ ਲੇਖੇ ਕਤੇ ਨਾ ਛੂਟੀ ਐ ਅਸੀਂ ਗਿਣਤੀ ਕਰਨ ਲੱਗ ਪਈਏ ਸਾਡਾ ਛੁਟਕਾਰਾ ਨਹੀਂ ਹੋਣਾ ਆਪ ਜੀ ਕਿਰਪਾ ਕਰੋ ਗੁਰੂ ਜੀ ਸਾਡੇ ਤੇ ਤਰਸ ਕਰੋ ਸਾਨੂੰ ਇਹ ਬੁੱਧ ਦਿਓ ਸਾਨੂੰ ਇਹ ਇਹ ਸਮਝ ਦੇ ਦੇਓ ਕਿਤੇ ਸਾਨੂੰ ਆਪਜੀ ਦੀ ਬਾਣੀ ਦੀ ਸਮਝ ਆ ਜਾਏ ਸਾਨੂੰ ਪੰਥਕ ਰਹਿਤ ਮਰਿਆਦਾ ਦੇ ਮੁਤਾਬਕ ਜੀਵਨ ਜਿਉਣ ਦੀ ਜਾਂਚ ਆ ਜਾਏ ਤੇ ਉਸ ਦੇ ਨਾਲ ਹੀ ਸਾਨੂੰ ਇਹ ਵੀ ਸਮਝ ਆ ਜਾਏ ਜਿਹੜੇ ਲੋਕ ਪੰਥਕ ਰਹਿਤ ਮਰਿਆਦਾ ਨੂੰ ਲਾਂਬੇ ਰੱਖ ਕੇ ਆਪਣੇ ਢੰਗ ਤਰੀਕਿਆਂ ਦੇ ਨਾਲ ਵੱਖਰੇ ਵੱਖਰੇ ਕਿਸਮ ਦੀਆਂ ਗੱਲਾਂ ਕਰਕੇ ਗੁਰੂ ਖਾਲਸਾ ਪੰਥ ਵਿੱਚ ਬੰਡੀਆਂ ਪਾਉਣ ਦੀਆਂ ਸ਼ਰਾਰਤਾਂ ਕਰਦੇ ਐ ਸਾਨੂੰ ਸਮਝ ਆ ਜਾਏ ਅਸੀਂ ਉਹਨਾਂ ਦੀ ਪਛਾਣ ਕਰ ਸਕੀਏ ਅਸੀਂ ਉਹਨਾਂ ਨੂੰ ਕਹਿ ਸਕੀਏ ਕਿ ਗੁਰੂ ਦਾ ਇਹ ਹੁਕਮ ਨਹੀਂ ਹੈ ਗੁਰੂ ਨੇ ਤਾਂ ਸਾਨੂੰ ਇਕੱਠੇ ਕੀਤਾ ਸੀ ਮਿਲ ਕੇ ਬੈਠਣ ਦੀ ਗੱਲ ਕੀਤੀ ਸੀ ਸਿਰ ਜੋੜ ਕੇ ਬੈਠਣ ਦੀ ਗੱਲ ਕੀਤੀ ਸੀ ਆਪਸ ਦੇ ਵਿੱਚ ਬੰਡੀਆਂ ਪਾਉਣ ਦੀ ਜਿਹੜੀ ਗੱਲ ਹੈ ਉਹ ਨਹੀਂ ਕੀਤੀ ਸੀ ਅਸੀਂ ਆਪਸ ਵਿੱਚ ਮਿਲ ਕੇ ਰਹਿਣਾ ਹੈ ਆਪਸ ਦੇ ਵਿੱਚ ਇੱਕ ਦੂਜੇ ਦਾ ਸਤਿਕਾਰ ਕਰਨਾ ਹੈ ਸਤਿਕਾਰ ਉਦੋਂ ਹੀ ਕਰ ਸਕਦੇ ਆ ਜਦੋਂ ਸਾਡੇ ਮਨ ਦੇ ਵਿੱਚ ਨਿਮਰਤਾ ਹੋਵੇ ਜਦੋਂ ਨਿਰਮਾਨਤਾ ਹੋਵੇ ਜਦੋਂ ਸਾਡੀ ਦੂਸਰੇ ਦੇ ਨਾਲ ਈਰਖਾ ਨਾ ਹੋਵੇ ਇਹ ਜਿਹੜੇ ਸਾਰੇ ਗਾਉਣਿਆਂ ਇਹ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਤੋਂ ਬਾਅਦ ਸਾਨੂੰ ਸਮਝ ਆ ਸਕਦੇ ਆ ਅੱਜ ਦਾ ਪ੍ਰੋਗਰਾਮ ਅਨਾਉਂਸ ਕੀਤੇ ਪ੍ਰੋਗਰਾਮ ਤੋਂ ਕੁਝ ਮਿੰਟ ਅੱਗੇ ਚਲੇ ਗਿਆ ਇਸ ਦੀ ਮੈਂ ਦਰਸ਼ਕਾਂ ਪਾਸੋਂ ਖੇਮਾ ਮੰਗਦਾ ਦਰਸਲ ਗੁਰਦੁਆਰਾ ਸਾਹਿਬ ਵਿਖੇ ਵਿਚਾਰ ਇਨੀ ਚੰਗੀ ਹੋ ਰਹੀ ਸੀ ਉੱਥੇ ਸਮਾਂ ਜ਼ਿਆਦਾ ਲੱਗ ਗਿਆ ਆਪ ਜੀ ਨੇ ਆਪਣੇ ਸੁਝਾਅ ਆਪਣੇ ਵਿਚਾਰ ਇਸ ਪ੍ਰੋਗਰਾਮ ਸੰਬੰਧ ਵਿੱਚ ਸਟੂਡੀਓ ਦੇ ਵਿੱਚ ਦੇਣ ਦੀ ਖੇਚਲ ਜ਼ਰੂਰ ਕਰਨੀ ਅਗਲੇ ਹਫ਼ਤੇ ਫੇਰ ਅਸੀਂ ਇਸ ਤੋਂ ਅਗਲੀ ਗੱਲ ਕਰਨ ਵਾਸਤੇ ਆਪਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਅੱਜ ਦਾ ਪ੍ਰੋਗਰਾਮ ਕਰਦੇ ਆਂ ਉੱਥੇ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਕਰਦੇ ਆਂ ਸਟੂਡੀਓ ਵਿੱਚ ਪ੍ਰੋਗਰਾਮ ਕਰਦੇ ਆਂ ਅਨੇਕਾਂ ਤਰੂਠੀਆਂ ਰਹਿ ਗਈਆਂ ਹੋਣੀਆਂ ਅਣਜਾਣ ਆ ਅਸੀਂ ਆਪਜੀ ਨੇ ਖਿਮਾ ਕਰ ਦੇਣੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਅੱਗੋਂ ਵਾਸਤੇ ਹੋਰ ਬਲਬੂ ਦੀ ਦੀ ਬਖਸ਼ਿਸ਼ ਕਰਨ ਆਪਜੀ ਦੀ ਸੇਵਾ ਵਿੱਚ ਇਸ ਤੋਂ ਵੀ ਚੰਗਾ ਪ੍ਰੋਗਰਾਮ ਪੇਸ਼ ਕੀਤਾ ਜਾ ਸਕੇ ਆਓ ਫਤੇ ਪ੍ਰਵਾਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ